ਟਿੰਡੀ 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 ਨੂੰ ਐ ਕਿਤੇ ਪਿੰਡ ਹੈਗੇ ਸਾਰੇ ਪਿੰਡ ਕੋਈ ਵੀ ਨੀ ਹੈਗਾ ਡੱਬਾ ਖਾਲੀ ਪਾ ਲਿਆ ਦੇਖੋ ਮੇਰਾ ਕਿੰਨਾ ਖਿਆਲ ਹੈ ਹਾਂ ਦੇਖੋ ਭਾਈ ਕਿੰਨਾ ਧਿਆਨ ਹੈ ਡੱਬਾ ਖਾਲੀ ਪਾ ਦਵਾਈ ਬਾਰੇ ਪਈ ਹਾਂ ਫਤਿਹ ਬਾਏ ਬਾਏ ਕਰ ਦੋ ਸਾਰਿਆਂ ਨੂੰ ਵਲੌਗ ਐਂਡ ਕਰ ਦੋ ਬਾਏ ਬਾਏ ਕਿ ਅਸੀਂ ਚੱਲੇ ਆ ਪਿੰਡ ਨਾਨੀ ਕੋਲ ਨੀ ਚੱਲੇ ਪੁੱਤ ਪਿੰਡ ਚੱਲੇ ਆ ਨਾਨੀ ਮੰਮਾ ਕੋਈ ਗੱਲ ਨੀ ਜਦੋਂ ਆਉਣਗੇ ਫਿਰ ਮਿਲਾਂਗੇ ਆਪਣੇ ਕੋਲ ਹੀ ਆਉਣਗੇ ਨਾਨੀ ਮੰਮਾ ਨਾਨੀ ਮੰਮਾ ਪਹਿਲਾਂ ਇੱਥੇ ਆਉਣਗੇ ਸੋਨੂੰ ਮੰਮਾ ਕੋਲ ਤੁਸੀਂ ਨਾਨੀ ਮੰਮਾ ਨੂੰ ਮਿਲਣਾ ਨਾ ਤੁਸੀਂ ਦੇਖ ਲਿਓ ਆ ਜਿਓ ਮੇਰੀ ਕੋਈ ਗੱਲ ਨੀ ਮੈਂ ਆਪੇ ਆ ਜਾਵਾਂਗੀ ਛੁੱਟੀ ਵਾਲੇ ਦਿਨ ਠੀਕ ਹੈ ਮੇਰੇ ਪੁੱਤ ਹਾਂਜੀ ਚਲ ਤੁਸੀਂ ਪਹਿਲਾਂ ਵਲੌਗ ਐਂਡ ਕਰ ਦਿਓ ਫਿਰ ਆਪਾਂ ਤੁਹਾਨੂੰ ਗੱਲ ਕਿਉਂ ਕੋਈ ਨਾਨੀ ਨੂੰ ਬੁਲਾਵਾਂਗੇ ਠੀਕ ਹੈ ਓਕੇ ਕੀ ਹੋ ਗਿਆ ਗੁੱਚੀ ਹੋ ਗਈ ਮੈਂ ਕੁਕਰੋਂ ਹੈਂ ਲਓ ਜੀ ਆਪਾਂ ਨੈਕਸਟ ਵਲੌਗ ਇੱਥੋਂ ਹੀ ਕੰਟੀਨਿਊ ਕਰ ਰਹੇ ਹਾਂ ਜਦੋਂ ਆਪਾਂ ਪਿੰਡ ਚੱਲੇ ਸੀਗੇ ਪਾਰਕ ਮੈਂ ਤੁਹਾਨੂੰ ਦਾਂਦ ਦਿਖਾ ਰਹੀ ਹਾਂ ਕਿਉਂਕਿ ਜਦੋਂ ਅਸੀਂ ਘਰ ਬਣਾਇਆ ਨਾ ਮਤਲਬ ਬਾਹਰੇ ਜਾਂ ਇੰਡੀਆ 'ਚ ਕਿਤੇ ਵੀ ਮਤਲਬ ਦੁਬਾਰਾ ਇੱਕ ਘਰ ਤਾਂ ਹੈਗਾ ਹੀ ਜਦੋਂ ਇੱਕ ਘਰ ਹੋਰ ਬਣਾਇਆ ਨਾ ਅਤੇ ਮੈਂ ਆਪਣਾ ਘਰ ਨਾ ਇਹੋ ਜਿਹਾ ਬਣਾਉਣਾ ਮਤਲਬ ਉਹਦੇ 'ਚ ਪਾਰਕ ਵੀ ਹੋਵੇ ਸਾਰਾ ਕੁਛ ਹੋਵੇ ਇੱਧਰੋਂ ਆ ਗਏ ਆਏ ਸ਼ਹਿਜ਼ਾਦੀ ਸ਼ਹਿਜ਼ਾਦੀ ਕੱਲ੍ਹ ਸ਼ਹਿਜ਼ਾਦੀ ਦਵਾਈ ਲੈ ਕੇ ਆਈ ਅੱਗੇ ਗੱਡੀ ਦੀ ਸੀਟ 'ਤੇ ਬੈਠੀ ਮੈਂ ਮੇਰੇ ਨਾਲ ਤਾਂ ਸ਼ਹਿਜ਼ਾਦੀ ਚੰਗੀ ਸ਼ਹਿਜ਼ਾਦੀ ਸ਼ਹਿਜ਼ਾਦੀ ਸੈਡ ਹੈ ਵਿਚਾਰੀ ਸ਼ਹਿਜ਼ਾਦੀ ਸੈਡ ਹੈ ਵਿਚਾਰੀ ਸੈਡ ਨਹੀਂ ਭੱਜੀ ਹੈ ਉਹਦੇ ਪਿੱਛੇ ਹਾਂ ਦਮੂ ਮੈਂ ਕੀ ਕਹਿ ਰਹੀ ਹਾਂ ਦੀਦੀ ਜਦੋਂ ਘਰ ਬਣਾਇਆ ਨਾ ਐਡਾ ਮਤਲਬ ਪਾਰਕ ਪੂਰਕ ਸਾਰਾ ਕੁਛ ਖੁੱਲਾ ਡੋਲਾ ਬਣਾਉਣਾ ਕੀ ਹੋ ਗਿਆ ਅੱਛਾ ਮਸਾਜ ਕਰ ਰਹੇ ਹੋ ਵਾਹ ਜੀ ਵਾਹ ਵਾਹ ਆਰਡਰ ਕਰ ਦੇਖੋ ਡਰਾਈਵਰ ਹੈ ਨਹੀਂ ਵਿੱਚ ਆਪਣੇ ਆਪ ਚੱਲ ਰਹੀ ਹੈ ਗੱਡੀ ਫਤਿਹ ਜਾਣਾ ਵੀ ਤੁਸੀਂ ਸ਼ਹਿਜ਼ਾਦੀ ਲੈ ਕੇ ਬੈਠੇ ਹੋ ਚਲੋ ਵੀ ਦਮੂ ਗੇਟ ਖੋਲ ਕੇ ਆ ਉਹ ਦੇਖਿਆ ਟਾਰਜਨ ਦਾ ਵੰਡਰ ਕਰ ਇੱਦਾਂ ਹੀ ਗੇਅਰ ਪਾਉਂਦੀ ਫਤਿਹ ਹਾਂ ਫਿਰ ਓਏ ਫਤਿਹ ਪਾਪਾ ਰੁਕੋ ਪਾਪਾ ਬੇਟਾ ਕੱਚਾ ਡਰਾਈਵਰ ਨੇ ਖਤਰੋਂ ਕੇ ਖਿਲਾੜੀ ਨਹੀਂ ਕੱਚੇ ਡਰਾਈਵਰ ਨੇ ਪਾਪਾ ਖੋਲ ਲਓ ਤਾਂ ਮੂੰਹ ਗੇਟ ਖੋਲੋ ਚਲੋ ਦੇਖਿਆ ਕਿੰਨਾ ਜ਼ੋਰ ਲਵਾ ਰਿਹਾ ਭਾਜੀ ਗੱਡੀ ਦਾ ਜਨੇ ਰਿਹਾ ਕੀ ਉੱਡ ਵੀ ਸਕਦੀ ਆ ਫਿਰ ਜੱਤੀ ਟਾਰਜਰ ਕਾਰ ਬਣ ਜਾਣੀ ਦੇ ਦੇ ਦੇਖ ਦੇਖ ਆਉਂਦੀ ਤੈਨੂੰ ਟਾਰਜ ਦੇ ਬੰਦ ਕਰ ਟੋਣ ਫਤਿਹ ਬੰਦ ਕਰਦੇ ਬੰਦ ਕਰ ਆ ਦੇਖੋ ਜੀ ਅਸੀਂ ਪਿੰਡ ਪਹੁੰਚ ਗਏ ਤੇ ਮੌਸਮ ਤੁਹਾਨੂੰ ਜਿੱਦਾਂ ਪਤਾ ਸੀ ਸਾਰਿਆਂ ਨੂੰ ਕਿ ਖਰਾਬ ਸੀ ਤੇ ਆਹ ਦੇਖੋ ਸਾਡੇ ਕੋਚ ਦੀ ਕੀ ਹਾਲਤ ਬਣੀ ਹੋਈ ਹੈ ਐਵੇਂ ਨਹੀਂ ਕਹਿੰਦੇ ਕਿ ਘਰ ਜੀਆਂ ਨਾਲ ਹੀ ਹੁੰਦੇ ਨੇ ਤੇ ਹੁਣ ਅਸੀਂ ਆ ਕੇ ਲੱਗੇ ਹੋਏ ਹੁਣ ਮੈਂ ਇਹ ਸਾਰਾ ਸਵੇਰੇ ਸਕੂਲ ਤੋਂ ਆ ਕੇ ਕਰਾਂਗੀ ਸਫਾਈ ਤੇ ਇੱਧਰ ਦੀਦੀ ਲੱਗੀ ਹੋਈ ਰਸੋਈ 'ਚ ਬਸ ਅਸੀਂ ਬਣਾਉਂਦੇ ਹਾਂ ਚੌਲ ਸਵੇਰੇ ਅਸੀਂ ਬਣਾਉਣਾ ਪੇਠਾ ਤੋਂ ਸਵੇਰੇ ਅਸੀਂ ਬਣਾਉਣਾ ਪੇਠਾ ਪਰ ਕੱਟ ਕੇ ਹੀ ਹੋਣੀ ਪੈਣਾ ਪਹਿਲਾਂ
ਤੂੰ ਤੇਰੀ ਤੇ ਪਤਾ ਦੀ ਯੂਨੀਫਾਰਮ ਪ੍ਰੈਸ ਕਰ ਲੈ ਆਪਣੇ। ਮਾਸੀ ਮੇਰੇ ਕੱਲ ਪੇਪਰ ਹੈ, ਨਿਊ ਸ਼ਰਟ ਹੈ, ਕੱਲ ਪੇਪਰ ਹੈ ਮੇਰਾ। ਹੋਰ ਮਾੜਾ ਸਮਝ ਲਿਆ ਕਰੋ, ਹਾਂ ਮੈਂ ਕਰ ਲੈਂਦੀ ਹਾਂ, ਕੋਈ ਨਹੀਂ ਮੈਂ ਤੇ ਅੰਦਰ ਹੀ ਰੱਖ ਲੈਂਦੀ ਹਾਂ, ਬਸ ਅੰਦਰ ਹੀ ਉੱਥੇ ਬੱਚਾ ਕਰਕੇ ਨਾ ਤੇ ਇਹਦਾ ਵੀ ਕੰਮ ਕਰ ਲੈਂਦਾ ਬੰਦਾ ਵੀ। ਹਾਂ ਹਾਂ ਉਹ ਵੀ ਕਰ ਲੈਂਦਾ, ਇੱਧਰ ਹੀ ਬੰਨਿਆ ਕਿਉਂਕਿ ਮੰਜਾ ਪਿਆ ਨਾ ਇੱਧਰ, ਇਹ ਸੌਂ ਵੀ ਇੱਧਰ ਹੀ ਜਾਣਾ। ਦਮਾ ਨਾਲ ਡਰੈਸ ਆਪਣੀ ਮੇਰੀ ਨਵੀਂ ਲੈਂਦੀ ਨਾ, ਕੱਢ ਕੇ ਦੇਖੋ ਸ਼ਰਟ ਧੋਣੀ ਨਾ ਐਂ ਪਾਣੀ ਨਹੀਂ 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 ਐਂ ਪਾ ਦਾਂਗੇ ਸਾਫ ਸਵੇਰ ਦਾ ਦਿਨ ਪਾ ਲਾ, ਉਸ ਤੋਂ ਬਾਅਦ ਉਹ ਪੁਰਾਣੀ ਉਹ ਨਾਲ ਹੀ ਰੱਖ ਲਈ ਕਿਤੇ ਉਹ ਵੀ ਪੈ ਜਾਏਗੀ ਮੋੜ ਕੇ ਲੱਭਣੀ ਨਹੀਂ। ਫਿਰ ਇੱਕ ਦਿਨ ਉਹ ਪਾ ਗਈ, ਇੱਕ ਦਿਨ ਨਵੀਂ ਪਾ ਲਈ। ਅਮਨ ਨੂੰ ਪੁੱਛ ਕੇ ਦੂਜੀ ਚਾਬੀ ਕਿੱਥੇ ਬੁਟੀਕ ਦੀ ਜਿਹੜੀ ਉਹ ਅਮਨ ਨੂੰ ਹੀ ਹੁੰਦੀ ਹੈ। ਨਹੀਂ ਨਹੀਂ ਪਰਸ 'ਚ ਪਾ ਲਾ ਮੈਂ ਕੱਢ ਕੇ ਰੱਖੀਆਂ ਚਾਬੀ। ਅੱਛਾ ਇਹ ਨਹੀਂ ਹੈਗੀ, ਨਹੀਂ ਪਤਾ ਕਿ ਕਿਸੇ ਵੇਲੇ ਬਾਜ਼ਾਰ ਜਾਣ ਦੇ ਚੱਕਰ 'ਚ ਨਾ ਪਰਸ 'ਚ ਪਾ ਲੈਂਦੀ ਹੈ। ਨਹੀਂ ਨਹੀਂ ਬਾਜ਼ਾਰ ਜਾਣ 'ਚ ਆਰਡਰ ਕੱਢ ਕੇ ਰੱਖੀਆਂ ਹੋਣੀਆਂ ਚਾਬੀਆਂ। ਅੱਛਾ ਫਿਰ ਇਹਨਾਂ 'ਚ ਹਾਂ ਮੈਂ ਆਰਡਰ ਕੱਢ ਕੇ ਰੱਖੀਆਂ ਨੇ ਵਿੱਚੋਂ, ਮੈਂ ਬਾਈ ਚਾਂਸ ਕਿਤੇ ਲੋਕ ਲੁੱਕ ਹੋ ਜਾਏ ਦਰਵਾਜ਼ਾ। ਅੱਛਾ ਮੈਂ ਇਸ ਤੋਂ ਮੈਨੂੰ ਖੁੱਲ੍ਹ ਵੀ ਜਾਂਦਾ, ਫ੍ਰੀ ਖੁੱਲ੍ਹ ਵੀ ਜਾਊਗਾ ਜੀ ਲੱਗ ਗਿਆ। ਇਹਨਾਂ 'ਚ ਨਹੀਂ ਹੋਈਆਂ ਰੁਪਈਆਂ ਨੇ ਕਿਤੇ, ਮੈਂ ਵੇਖ ਮੇਰੇ ਵਾਲੀ ਵੀ ਲਾ ਕੇ ਦੇਖ ਲਓ। ਨਹੀਂ ਨਹੀਂ ਐਂ ਨਹੀਂ ਲੱਗਦੀ ਹੈਗੀ, ਤਾਂ 2 ਮਿੰਟ ਸੌਣਾ ਸੀ ਦੇ ਦਿੰਦੇ ਰਾਤ ਨੂੰ ਨੇਲ ਵੀ ਨੀ ਕੱਟ ਕਰਨ ਦਿੰਦੇ, ਰਾਤ ਨੂੰ ਨੌ ਵੀ ਨੀ ਕੱਟਣ ਦਿੰਦੇ, ਹੁਣ ਸਾਰਾ ਕੰਮ ਕੁੰਮ ਕਰਕੇ ਮੈਂ ਪੋਚੇ ਜੇ ਮੇਰੇ ਰਹਿੰਦੇ ਆ ਲਾਉਣ ਵਾਲੇ ਉਹ ਮੈਂ ਲਾਉਣੇ ਆ। ਪਹਿਲਾਂ ਮੈਂ ਇੱਕ ਪਾਸੇ ਦਾਲ ਧਰਤੀ ਆ ਅਤੇ ਇੱਕ ਪਾਸੇ ਮੈਂ ਰਾਈਸ ਵਾਸ਼ ਧੋ ਕੇ ਰੱਖਣ ਲੱਗੀ ਹਾਂ। ਅਤੇ ਅੱਜ ਅਮਨ ਹੋਰੀ ਵੀ ਆਉਣਗੇ ਪਰ ਉਹ ਲੇਟ ਪਹੁੰਚਣਗੇ ਰਾਤੀ, ਪਰ ਮੈਂ ਉਹਨਾਂ ਨੂੰ ਇੰਨੇ ਕੁ ਜ਼ਿਆਦਾ ਫੋਨ ਕਰ ਲਏ ਕਿ ਕੋਈ ਫੋਨ ਨਹੀਂ ਚੱਕ ਰਿਹਾ, ਮੈਨੂੰ ਇਹ ਵੀ ਨਹੀਂ ਦੱਸ ਰਹੇ ਕਿ ਉਹਨੇ ਆ ਕੇ ਰੋਟੀ ਖਾਣੀ ਕਿ ਨਹੀਂ ਖਾਣੀ, ਕਿਉਂਕਿ 11-12 ਵਜੇ ਪਹੁੰਚਣਾ ਅਤੇ ਮੈਨੂੰ ਐਂ ਕਿ ਤੇ ਨਾ ਹੋਵੇ ਮੈਂ ਬਣਾ ਕੇ ਰੱਖਦਾ ਅਤੇ ਉਹ ਰਸਤੇ 'ਚ ਖਾ ਕੇ ਆਉਣ। ਅਤੇ ਅਜੇ ਤੱਕ ਮੇਰਾ ਕੋਈ ਵੀ ਫੋਨ ਰਿਸੀਵ ਨਹੀਂ ਕਰ ਰਿਹਾ। ਅਤੇ ਦੀਦੀ ਹੋਰੀ ਸੰਗਰੂਰ ਚਲੇ ਗਏ ਸੀਗੇ ਕਿਉਂਕਿ ਭਾਅ ਜੀ ਮੈਂ ਆਫਿਸ ਜਾਣਾ ਸੀਗਾ, ਬਟ ਹੁਣ ਉਹ ਫਿਰ ਆ ਰਹੇ ਨੇ, ਮੈਨੂੰ ਲੱਗਦਾ 1.5 ਘੰਟੇ ਤੱਕ ਪਹੁੰਚਣ ਵਾਲੇ ਹੀ ਹੋਣਗੇ ਉਹ। ਅਤੇ ਇੱਧਰ ਆਪਣੀ ਬਸ ਦਾਲ ਬਣ ਚੱਲੀ ਹੈ, ਤੜਕਾ ਦੀਦੀ ਨੂੰ ਕਹਾਂਗੀ ਦੀਦੀ ਲਾਉਣਗੇ ਆ ਕੇ ਜਾਂ ਫਿਰ ਮੈਂ ਲਾ ਦੂੰਗੀ, ਤੇ ਨਾਲ ਬਸ ਆਪਾਂ ਚੌਲ ਬਣਾਉਂਦੇ ਹਾਂ। ਫਤਿਹ ਆ ਰਹੇ ਫਤਿਹ ਦੇ ਨਾ ਫਤਿਹ ਨਾ ਅੱਜ ਸਕੂਲ ਤੋਂ ਸੰਗਰੂਰ ਚਲਾ ਗਿਆ ਅਤੇ ਫਤਿਹ ਕੱਪੜੇ ਨਹੀਂ ਲੈ ਕੇ ਗਿਆ ਅਤੇ ਫਤਿਹ ਦਾ ਜ਼ਰਾ ਫੈਸ਼ਨ ਦੇਖੋ, ਸਿੰਮੂ ਦੀ ਸ਼ਰਟ, ਫਤਿਹ ਜ਼ਰਾ ਸਾਈਕਲ 'ਤੇ ਉਤਰ ਕੇ ਦਿਖਾਓ, ਸਿੰਮੂ ਦੀ ਸ਼ਰਟ, ਸਕੂਲ ਵਾਲੇ ਬੂਟ ਅਤੇ ਸਕੂਲ ਵਾਲੀ ਨਿੱਕਰ। ਮੇਰਾ ਪੁੱਤ ਕਿੰਨਾ ਚੋਣਾ ਲੱਗਦਾ ਫਿਰ ਵੀ ਹੈ। ਅਰੇ ਵਾਹ, ਇੱਧਰ ਅਸੀਂ ਫੜ ਲਿਆ ਪੋਚਿਆ ਅਤੇ ਅਸੀਂ ਪੋਚਾ ਲਾਉਣਾ, ਦੇਖੋ ਗੰਦਾ ਹੋਇਆ ਪਿਆ। ਕੀ ਕਹਿੰਦੇ ਹੋ ਭਾਜੀ? ਬਸ ਫਿਰ ਜੀਆਂ ਨਾਲ ਹੀ ਹੁੰਦਾ ਅੱਜ, ਫਿਰ ਮੈਂ ਘਰੇ ਲਾਈਟਾਂ ਲੁੱਟਾਂ ਚੱਲ ਦਿੰਦੀਆਂ ਹੁਣ ਆਉਂਦਿਆਂ ਨੂੰ। ਠੀਕ ਹੈ, ਕੋਈ ਫਰੂਟ ਨਹੀਂ ਲੈ ਕੇ ਆਏ? ਅੱਜ ਤਾਂ ਨਹੀਂ ਮਰੂਤੀ ਭਾਜੀ ਗਰਮ ਹੋਈ ਰਸਤੇ 'ਚ ਹੈਂ? ਸਟੰਟਮੈਨ ਦੇਖੋ, ਸਟੰਟ ਮਾਰ ਰਿਹਾ ਦੇਖੋ ਜੀ।
ਸਟੰਟਮੈਨ ਸਾਡਾ ਗੱਡੀ ਤੇ ਬਹਿ ਗਿਆ ਜਾ ਕੇ, ਦੱਸੋ ਕਿਤੇ ਬੰਪਰ ਨਾ ਤੋੜਦੀ। ਹੋਰ ਸਟੰਟਮੈਨ ਵੇਟ ਹੋ ਰਹੀ, ਨਾਨੀ ਦੀ ਵੇਟ ਹੋ ਰਹੀ, ਫਤਿਹ ਭਾਰੀ ਨਾ ਪੈ ਜਾਣ। ਨਹੀਂ ਨਹੀਂ ਪਹਿਲਾਂ ਸਵਾਰ ਕੇ, ਪਹਿਲਾਂ ਸਵਾਰ ਕੇ ਕੁੱਟ ਪਊਗੀ, ਉਸ ਤੋਂ ਬਾਅਦ ਫਿਰ ਦੇਖਾਂਗੇ। ਆਹ ਦੇਖੋ ਜੀ, ਇੱਧਰ ਰੀਲ ਦੀ ਤਿਆਰੀ ਹੋ ਰਹੀ ਆ ਤੇ ਇੱਧਰ ਕੈਮਰਾਮੈਨ ਮੈਂ ਆ, ਠੀਕ ਹੈ। ਤੇ ਭਾਜੀ ਦੀ ਐਕਟਿੰਗ ਸਕਿੱਲਸ ਇੰਨੀਆਂ ਘੈਂਟ, ਮੈਨੂੰ ਟੈਨਸ਼ਨ ਇਹ ਹੈ ਕਿ ਭਾਜੀ ਨੂੰ ਕਿਤੇ ਫਿਲਮਾਂ ਵਾਲੇ ਨਾਲ ਲੈ ਜਾਣ, ਤੇ ਬਾਕੀ ਹੁਣੇ ਤੁਹਾਨੂੰ ਇਹ ਦਿਖਾਉਂਦੇ ਆ। ਦੇਖੋ ਭਾਜੀ ਪੂਰੀ ਟੈਨਸ਼ਨ 'ਚ, ਲੈ ਫਤਿਹ ਫਤਿਹ ਮਾੜਾ ਇੱਧਰ ਥੱਲੇ ਆ ਜਾਓ, ਠੀਕ ਹੈ। ਕੁਛ ਨਹੀਂ ਦਿੱਤੇ ਬਣ ਜੂਗਾ, ਹਲੋ ਧਿਆਨ ਨਾਲ ਫੋਨ ਛੱਡ ਦਿਓ। ਮੈਨੂੰ ਕਹਿ ਗਿਆ ਇੱਥੇ ਆਰਾਮ ਨਾਲ ਖੜਨਾ, ਮੈਂ ਹਾਂ ਹਾਂ ਕਰਨਾ। ਮੰਮਾ ਕਿੰਨੂ ਕਿੰਨੂ ਦਿਖਾਉਣਾ ਹੈ? ਇਹਨਾਂ ਦੋਨਾਂ ਨੂੰ ਦਿਖਾਉਣਾ ਬਸ, ਇਹ ਦੋਨੇ ਦੇਖ ਹੀ ਨਹੀਂ ਰਹੇ ਪਾਪਾ। 1 2 3 ਹੁਣ ਇੱਧਰ ਮੈਂ, ਮੰਮਾ ਨੇ ਫੋਨ ਫੜਿਆ, ਮੈਂ ਫੋਨ ਫੜਾ ਤੁਸੀਂ। ਜੀ ਹਾਂ ਜੀ ਹਾਂ ਜੀ, ਅਰੇ ਵਾਹ! ਇਹ ਪਾਰਕਿੰਗ ਸੇਵ ਕਰਨ ਵਾਸਤੇ ਆ, ਜਦੋਂ ਘੱਟ ਸਪੇਸ ਹੁੰਦੀ ਨਾ ਆਪਣੇ ਕੋਲੇ ਤੇ ਇੱਕ ਅੱਧੀ ਗੱਡੀ ਹੋਰ ਲੱਗ ਜਾਂਦੀ ਹੈ, ਸਾਰੇ ਜਣੇ ਦੇਖੋ ਕਿਵੇਂ ਬੈਠੇ ਉਹਨਾਂ ਦੀ ਵੇਟ 'ਚ। ਇਹਦੇ ਪਿੱਛੇ ਭਾਵੇਂ ਤੁਸੀਂ 50 ਗੱਡੀਆਂ ਲਾ ਲਓ, ਤੇ ਉੱਧਰੋਂ ਬੰਦੇ ਭੱਜ, ਗੇਟ ਤਾਂ ਖੋਲ ਦਿਓ। ਸਾਰੇ ਖੜੇ ਨੇ ਪ੍ਰੀਤੋ ਦੀ ਵੇਟ ਕਰ ਰਹੇ ਨੇ ਸਾਰੇ ਜਣੇ। ਹਾਂਜੀ, ਮੈਨੂੰ ਨੀਂਦ ਇੰਨੀ ਆਉਂਦੀ ਜਿੰਨੀ ਮੈਨੂੰ ਆ ਕੇ ਵੀ ਨੀਂਦ ਆਈ, ਇਕੱਲੇ ਬੰਦੇ ਕਰਕੇ ਕਿੱਥੇ ਨੀਂਦ ਆਉਂਦੀ। ਗੇਟ ਤੇ ਹੀ ਧਿਆਨ ਰਹਿੰਦਾ ਵੀ ਹਾਏ ਕੋਈ ਆ ਨਾ ਜਾਏ। ਹੁਸ਼ਿਆਰ ਮੰਨਦੇ ਨੇ ਪਾਪਾ ਆਪਣੇ ਆਪ ਨੂੰ, ਤੇ ਗੇਟ ਖੋਲ ਨੀ ਰਿਹਾ ਹਨਾ। ਕਿੱਦਾਂ ਕਰਦੀ ਹੁੰਦੀ ਅਮਨੂੰ ਦੱਸੀ ਮਾੜਾ ਜਾ, ਪਤਾ ਅਮਨੂੰ ਮੰਮਾ ਕਿੱਦਾਂ ਕਰਦੀ ਇੱਧਰ? ਕਿਵੇਂ ਵੇਟ ਹੋ ਰਹੀ, ਆ ਜਾਣਗੇ ਘਰੇ ਹੀ ਆਉਣਾ ਉਹਨਾਂ ਨੇ। ਮੰਮੀ ਤੇ ਆ ਕਿਤੇ ਜਿਵੇਂ 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 ਸਾਨੂੰ ਗਾਣਾ ਗਾ ਵੇਲਾ ਸ਼ਗਨ ਉਧਰ ਉਧਰ ਨਹੀਂ ਆਉਣਾ ਚਾਹੀਦਾ, ਸਿੱਧਾ ਮਸਾਂ ਸਾਈਕਲ ਖੜਾ ਕੀਤਾ। ਓ ਮਾਈ ਗੋਡ, ਰੁਕ ਤੇ ਲੈ ਆਂਦੋ ਉਧਰ ਤੇ ਲਓ ਜੀ, ਜਿਹੜਾ ਚਾਹਵਾਨ ਸੀ ਮੰਮੀ ਨੂੰ ਮਿਲਣ ਦੇ ਤੇ ਹਾਜ਼ਰ ਆ ਸਾਡੀ ਪਰਮਜੀਤ ਕੌਰ ਉਰਫ ਪ੍ਰੀਤੋ। ਵਾਹ ਵਾਹ ਵਾਹ, ਤੂੰ ਉੱਠ ਪੈ ਗਿਆ, ਤੂੰ ਪੱਥਰ ਬਣ ਕੇ ਬੈਠੀ ਰਹਿਣਾ ਗੱਡੀ 'ਚ ਜਿਹੜੇ ਉਤਰਦੇ ਨੇ ਉਹਨਾਂ 'ਚ। Oh my god. Are wow. ਕੀ ਹੋ ਗਿਆ? ਹਾਏ ਕਾ ਤੜਈ, ਹਾਏ ਕੀ ਹੋ ਗਿਆ? ਲੈ ਰੋਣਾ ਕਾ ਤਾਂ ਆਇਆ, ਆ ਤਾਂ ਰੋਣ ਲੱਗ ਗਿਆ ਹੈ। ਕੀ ਹੋਇਆ? ਲੰਮਾ ਮਿਲੀ ਤੇ ਰੋਣ ਲੱਗ ਗਈ ਸੀ, ਪਤਾ ਲੈ ਫੜ ਕੋ ਤੇ ਲੈ, ਪਤਾ ਕੀ ਹੋ ਗਿਆ? ਰੋਣ ਲੱਗਾ ਤਾਂ ਕੀ ਹੋ ਗਿਆ? ਮੰਮੀ ਵੀ ਆਈ ਹੈ, ਤੇਲ ਖਾਸ ਹੋ ਗਿਆ ਆ ਕੇ ਹੁਣ, ਤਾਂ ਹੀ ਤਾਂ ਲੈ ਆਂਦਾ ਫਿਰ ਤੇਲ ਉਦਾਸ ਹੋ ਗਿਆ। ਯਾਰੇ ਵਿਛੜੇ ਯਾਰਾ, ਮੈਂ ਦੋ ਤੂੰ ਇਹ ਗੱਲ, ਮੈਂ ਦੋ ਕਾਂਦੀ ਵੇਲਾ ਛੱਡੇ ਸਤਿ ਸ਼੍ਰੀ ਅਕਾਲ ਜੀ।
ਅਸਲੀ ਗੱਲ ਪਤਾ ਉਹ ਲੋਕਾਂ ਨੇ ਕਹਿਣਾ ਸੁਣ ਲੈ ਤਾਂ ਆਪਾਂ ਨੂੰ ਮਿਲ ਗਿਆ ਕੀ ਗੱਲ ਲੋ ਜੀ ਮੰਮੀ ਇਮੋਸ਼ਨਲ ਹੋ ਗਏ ਓਯੋ ਹਾਂ ਉਦੋਂ ਕੀ ਬਣੂਗਾ ਕੀ ਪੁੱਤ ਪੁੱਛ ਨਾ ਬਹੁਤ ਨੇਰੀ ਤੂਫਾਨ ਤੂੰ ਵੀਡੀਓ ਨੀ ਦੇਖੀ ਅੱਜ ਸੋਨੂ ਵਾਲਾ ਵਲੋਗ ਨੀ ਦੇਖਿਆ ਵੇਖਿਆ ਪੋਰਚ ਇੰਨਾ ਕੂੜਾ ਪੋਰਚ ਚ ਐ ਲੱਗਣ ਦਿਆ ਜਿਵੇਂ ਪਤਾ ਨੀ ਸਦੀਆਂ ਹੋ ਗਿਆ ਕੋਈ ਨੀ ਹੈਗਾ ਉਰੇ ਸੀਗੇ ਹੈ ਸਾਨੂੰ ਫਾਲਾ ਤੂੰ ਚਲੋ ਹੋ ਗਈ ਜੇ ਭਵਿੱਖਬਾਣੀ ਆਹ 24 ਸਨ ਚੱਲਣ ਦੀ ਤੇ 27 ਸਨ ਤੱਕ ਕੀ ਹੋਣਾ ਇੱਦਾਂ ਰਹਿਣਾ ਫਿਰ ਮਾੜਾ ਦੋਨੇ ਨੇ ਇੱਕੋ ਵਾਰੀ ਕਰਕੇ ਦਿਖਾਇਓ ਹਾਂ ਸਹੀ ਗੱਲ ਇਹ ਤੇ ਗੁਰਲੀਨ ਦੋਨੇ ਸੇਮ ਹੀ ਲੱਗਦੇ ਨੇ ਹਨਾ ਆਹ ਮੇਰਾ ਪੁੱਤ ਕਿਤੇ ਤੇ ਮਾਮੇ ਤੇ ਰਾਜੇ ਮਾਮੇ ਨੂੰ ਵੀਡੀਓ ਕਾਲ ਲਾਈ ਹਰੇ ਚੁੱਕੀ ਨੀ ਨਾ ਲੱਗੀ ਹੋਈ ਨੀ ਸੱਚੋ ਦੀ ਤਾਂ ਅਮਨ ਇਹਨੂੰ ਦੇਖੀ ਨੀਤ ਤੋਂ ਪਹਿਲਾਂ ਸਿੱਖ ਜਾਣੀ ਇਹਨੇ ਪੱਗ ਹੋਰ ਲੱਗਿਆ ਪਿਆ ਕੋਈ ਨੀ ਬੰਨੋ ਬੰਨੋ ਉਹ ਥੱਕ ਗਿਆ ਨਹੀਂ ਨੀ ਬੰਨ ਮੇਰੇ ਪੁੱਤ ਇਹਨੇ ਆਪ ਹੀ ਕਿਧਰ ਰੱਖਿਆ ਬਾਰੇ ਮੈਂ ਉਹਨੂੰ ਪਰਮਿਸ਼ਨ ਦਿੱਤੀ ਸੀ ਜਾਣ ਦੀ ਚੱਲ ਨਹੀਂ ਆਇਆ ਚੱਲ ਆ ਜਾ ਫਿਰ ਤੂੰ ਅੰਦਰ ਕੌਣ ਚੱਲ ਆ ਜਾ ਮੈਂ ਕਦੋਂ ਦੀ ਤੇਰੀ ਵੇਟ ਕਰ ਰਹੀ ਹਾਂ ਰਹਿਣ ਦੇ ਨਹੀਂ ਤੇ ਨਾ ਸੀ ਓਏ ਆ ਕੌਣ ਆ ਗਿਆ ਓਏ ਆ ਕੌਣ ਆ ਗਿਆ ਓ ਚੂਈ ਚੂਈ ਆਪਣੀ ਪੱਗ ਦਿਖਾਓ ਅੱਜ ਨਾ ਫਤਿਹ ਸਿੰਘ ਜੀ ਸਕੂਲ 'ਚ ਪੱਗ ਬੰਨ ਕੇ ਗਏ ਸੀ ਫਤਿਹ ਆ ਜਾਓ ਯਾਰ ਓਏ ਮੇਰੀ ਜਾਨ ਆ ਗਈ ਅੱਛਾ ਫਿਰ ਪਹਿਲਾਂ ਮੈਨੂੰ ਐਂ ਦੱਸੋ ਇੱਧਰ ਆਓ ਓ ਮੇਰੀ ਜਾਨ ਹਾਂਜੀ ਵੱਡੀ ਜਾਨ ਅੱਜ ਲੇਟ ਕਿਉਂ ਆਈ ਭੈਣ ਸ਼ਾਦੀ ਟ੍ਰੈਫਿਕ ਬੜਾ ਸੀਗਾ ਬੁੱਲੇ ਮੈਂ ਕਦੋਂ ਆਉਂਦੀ ਤੁਹਾਡੀ ਵੇਟ ਕਰਨ ਦੀ ਆ ਓ ਸਰਦਾਰ ਜੀ ਓਹੋ ਪੱਗ ਕਾ ਤਾਂ ਖੋਲੀ ਅੱਜ ਪਹਿਲੇ ਦੱਸੋ ਮੈਮ ਕੀ ਕਹਿੰਦੇ ਸਾਰੇ ਜਣੇ ਦੇਖ ਕੇ ਕਿਉਂ ਕੁਛ ਨਹੀਂ ਬੋਲੇ ਕਿਸੇ ਨੇ ਇਹ ਨਹੀਂ ਕਿਹਾ ਕਿ ਫਤਿਹ ਸਿੰਘ ਜੀ ਪੱਗ ਬੰਨ ਕੇ ਆਏ ਨੇ ਮੈਮ ਕੁਛ ਕਹਿੰਦੇ ਸੀ ਹੈ ਕੀ ਹੋਇਆ ਮੇਰੇ ਪੁੱਤ ਦਾ ਮੂਡ ਕਾ ਤਾਂ ਆਫ ਹੈ